ਸਤਿ ਸ਼੍ਰੀ ਅਕਾਲ ਜੀ, ਤੁਸੀਂ ਪ੍ਰਾਈਮ ਮਿਨਿਸਟਰ ਟੈਲੀਵਿਜ਼ਨ ਦੇਖ ਰਹੇ ਹੋ। ਮੈਂ ਹਾਂ ਸਵਰਨ ਸਿੰਘ ਟਹਿਣਾ ਅਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। SIT ਯਾਨੀ ਕਿ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਯਾਨੀ ਕਿ ਵਿਸ਼ੇਸ਼ ਜਾਂਚ ਟੀਮ ਦੇ ਵੱਲੋਂ ਵੱਡੇ ਬਾਦਲ, ਛੋਟੇ ਬਾਦਲ ਅਤੇ ਅਕਸ਼ੇ ਕੁਮਾਰ ਨੂੰ ਜਾਂਚ ਦੇ ਵਿੱਚ ਸ਼ਾਮਿਲ ਹੋਣ ਦੇ ਵਾਸਤੇ ਜਿਹੜੇ ਸੰਮਣ ਜਾਰੀ ਕੀਤੇ ਗਏ ਆ, ਇਸ ਮਾਮਲੇ ਦੇ ਉੱਤੇ ਬਹੁਤ ਵੱਡੇ ਪੱਧਰ ਦੇ ਉੱਤੇ ਰਾਜਨੀਤੀ ਛਿੜ ਚੁੱਕੀ ਹੈ। ਹਾਲਾਂਕਿ ਮੁਤਵਾਦੀ ਜਥੇਦਾਰਾਂ ਦੇ ਵੱਲੋਂ ਇਸ ਮੁਤਲਕ ਹੋਰ ਬਿਆਨ ਦਿੱਤਾ ਜਾ ਰਿਹਾ। ਕੈਪਟਨ ਅਮਰਿੰਦਰ ਸਿੰਘ ਵਾਰ ਵਾਰ ਇੱਕੋ ਗੱਲ ਕਹਿ ਰਿਹਾ ਕਿ ਮੇਰਾ ਕੰਮ ਸੀ SIT ਦਾ ਗਠਨ ਕਰਨਾ। ਇਹ SIT ਕਿਵੇਂ ਕੰਮ ਕਰਦੀ ਹੈ, ਕਿਹਨੂੰ ਸੱਦਦੀ ਆ, ਪੜਤਾਲ ਕਿਵੇਂ ਕਰਦੀ ਹੈ, ਕਿਹਦੇ ਕੋਲੋਂ ਨਹੀਂ ਕਰਦੀ, ਇਹਦੇ ਵਿੱਚ ਮੇਰਾ ਕੋਈ ਦਖਲ ਨਹੀਂ ਆ। ਅਤੇ ਜਿਹੜੇ ਨੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਪੰਜਾਬ ਦੇ ਪੰਚਾਇਤ ਮੰਤਰੀ, ਉਹਨਾਂ ਦਾ ਇਹ ਕਹਿਣਾ ਕਿ ਹੁਣ ਬਾਦਲ ਪਰਿਵਾਰ ਦਾ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਸਾਹਮਣੇ ਆ ਜਾਣਾ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਬਾਦਲ ਪਰਿਵਾਰ ਜਦੋਂ SIT ਦੇ ਮੂਹਰੇ ਬੈਠ ਕੇ ਗੱਲ ਕਰੇਗਾ ਤਾਂ ਫਿਰ ਪਤਾ ਲੱਗੇਗਾ ਕਿ ਇਹਨਾਂ ਨੇ ਲੰਘੇ ਵੇਲੇ ਦੇ ਵਿੱਚ ਕੀ ਕੁਝ ਕੀਤਾ ਅਤੇ ਕੀ ਕੁਝ ਨਹੀਂ ਕੀਤਾ। ਇੱਥੇ ਵੀ ਦੱਸਣਾ ਬਣਦਾ ਕਿ ਲੰਘੇ ਕੱਲ੍ਹ ਇੱਕ ਬੜੀ ਵੱਡੀ ਖਬਰ ਪ੍ਰਾਪਤ ਹੋਈ ਸੀ ਜੋ ਅੱਜ ਦੇ ਸਾਰੇ ਮੀਡੀਆ ਦੇ ਵਿੱਚ ਪ੍ਰਮੁੱਖਤਾ ਨਾਲ ਪੇਸ਼ ਕੀਤੀ ਗਈ ਆ ਕਿ ਵੱਡੇ ਬਾਦਲ ਨੂੰ, ਛੋਟੇ ਬਾਦਲ ਨੂੰ ਅਤੇ ਅਕਸ਼ੇ ਕੁਮਾਰ ਨੂੰ ਵੱਖ ਵੱਖ ਦਿਨਾਂ ਨੂੰ ਅੰਮ੍ਰਿਤਸਰ ਦੇ ਸਰਕਟ ਹਾਊਸ ਦੇ ਵਿੱਚ ਜਾਂਚ ਪੜਤਾਲ ਦੇ ਲਈ ਸਵਾਲਾਂ ਦੇ ਉੱਤਰ ਦੇਣ ਵਾਸਤੇ ਸੱਦਿਆ ਗਿਆ। ਮਾਮਲਾ ਅਸਲ ਦੇ ਵਿੱਚ 2015 ਦੇ ਵਿੱਚ ਅਕਸ਼ੇ ਕੁਮਾਰ ਦੇ ਮੁੰਬਈ ਦੇ ਵਿੱਚ ਸਥਿਤ ਫਲੈਟ ਦੇ ਵਿੱਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮਾਫ਼ੀ ਦੇਣ ਦੇ ਮਾਮਲੇ ਦੇ ਉੱਤੇ ਕੀਤੀ ਗਈ ਚਰਚਾ ਨਾਲ ਜੁੜਿਆ ਹੋਇਆ। ਸੁਣਨ ਦੇ ਵਿੱਚ ਇਹ ਗੱਲ ਆ ਰਹੀ ਹੈ, ਲਗਾਤਾਰ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਵਿੱਚ ਵੀ ਇਹ ਗੱਲ ਸੀ ਕਿ ਅਕਸ਼ੇ ਕੁਮਾਰ ਦੇ ਘਰ ਦੇ ਵਿੱਚ ਛੋਟੇ ਬਾਦਲ ਨੇ, ਗਿਆਨੀ ਗੁਰਮੁਖ ਸਿੰਘ ਨੇ, ਡੇਰਾ ਮੁਖੀ ਨੇ ਅਤੇ ਕੁਝ ਕੁ ਹੋਰ ਅਕਾਲੀ ਆਗੂ ਸੀ ਜਿਨ੍ਹਾਂ ਨੇ ਮਿਲ ਬੈਠ ਕੇ ਗੱਲਬਾਤ ਕੀਤੀ। ਉੱਥੇ ਮੀਟਿੰਗ ਹੋਈ। ਇਸ ਮੀਟਿੰਗ ਦੇ ਵਿੱਚ ਇਹ ਖਾਕਾ ਤੈਅ ਕੀਤਾ ਗਿਆ ਕਿ ਡੇਰਾ ਮੁਖੀ ਨੂੰ ਮਾਫ਼ੀ ਦੇਣੀ ਹੈ। ਇਸੇ ਮੀਟਿੰਗ ਦੇ ਵਿੱਚ ਇਹ ਗੱਲ ਤੈਅ ਕੀਤੀ ਗਈ ਕਿ ਡੇਰਾ ਮੁਖੀ ਦੀ ਪੰਜਾਬ ਦੇ ਵਿੱਚ ਫਿਲਮ ਜਾਰੀ ਹੋਣੀ ਚਾਹੀਦੀ ਹੈ, ਰਿਲੀਜ਼ ਕਰਨ ਦੇ ਲਈ ਰਾਹ ਪੱਧਰਾ ਕੀਤਾ ਜਾਵੇ। ਇਹਦੇ ਪਿੱਛੇ ਕਾਰਨ ਇਹ ਸੀ ਕਿ ਅਕਾਲੀ ਦਲ ਦੇ ਵੱਲੋਂ ਤੀਜੀ ਵਾਰ ਵੀ ਸੱਤਾ ਦੇ ਵਿੱਚ ਆਉਣ ਵਾਸਤੇ ਸਭ ਤਰ੍ਹਾਂ ਦੇ ਹਰਬੇ ਵਰਤੇ ਜਾ ਰਹੇ ਸੀ। ਅਕਸ਼ੇ ਕੁਮਾਰ ਨੇ ਆਪਣੇ ਘਰ ਦੇ ਵਿੱਚ ਡੇਰਾ ਸਿਰਸਾ ਮੁਖੀ ਨੂੰ ਕਿਉਂ ਸੱਦਿਆ? ਕੀ ਡੇਰਾ ਮੁਖੀ ਦੇ ਨਾਲ ਅਕਸ਼ੇ ਕੁਮਾਰ ਦੀ ਬਹੁਤ ਜ਼ਿਆਦਾ ਨੇੜਤਾ? ਕੀ ਡੇਰਾ ਮੁਖੀ ਤੱਕ ਉਹਨੂੰ ਕੋਈ ਨਿੱਜੀ ਤੌਰ ਦੇ ਉੱਤੇ ਕੰਮ ਪੈਂਦਾ, ਜਾਂ ਡੇਰਾ ਮੁਖੀ ਅਕਸ਼ੇ ਕੁਮਾਰ ਦੇ ਨਾਲ ਕਿਸੇ ਵਪਾਰਕ ਸਾਂਝ ਦੇ ਤੌਰ ਤਰੀਕਿਆਂ ਮੁਤਾਬਕ ਵਿਚਰਦੇ ਸੀ, ਜਾਂ ਵਿਚਲਾ ਕੋਈ ਹੋਰ ਮਾਜਰਾ? ਇਹ ਗੱਲ ਖੁੱਲ੍ਹ ਕੇ ਸਾਹਮਣੇ ਆਏਗੀ ਉਦੋਂ ਜਦੋਂ ਆਹਮੋ ਸਾਹਮਣੇ ਬੈਠ ਕੇ ਅੰਮ੍ਰਿਤਸਰ ਦੇ ਵਿੱਚ ਗੱਲਾਂ ਹੋਣਗੀਆਂ। ਪਰ ਜਾਣਕਾਰੀ ਦੇ ਮੁਤਾਬਕ ਪਤਾ ਲੱਗਾ ਕਿ 16 ਤਰੀਕ ਨੂੰ ਛੋਟੇ ਬਾਦਲ ਨੂੰ ਸੱਦਿਆ ਗਿਆ, 19 ਤਰੀਕ ਨੂੰ ਵੱਡੇ ਬਾਦਲ ਨੂੰ ਸੱਦਿਆ ਗਿਆ ਅੰਮ੍ਰਿਤਸਰ ਦੇ ਵਿੱਚ, ਅਤੇ 21 ਤਰੀਕ ਨੂੰ ਅਕਸ਼ੇ ਕੁਮਾਰ ਨੂੰ ਸੱਦਿਆ ਗਿਆ। ਵਿਰੋਧੀ ਪਾਰਟੀਆਂ ਨੂੰ ਬੜਾ ਚਾਅ ਚੜਿਆ ਹੋਇਆ। ਕਈਆਂ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਹੁਣ ਬਾਦਲ ਸਿੱਧੇ ਹੋਣਗੇ। ਕਈਆਂ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਪਾਣੀ ਦੇ ਵਿੱਚ ਮਧਾਣੀ ਪਾਉਣ ਦਾ ਕੰਮ ਕਰ ਰਹੀ ਹੈ, ਇਸ ਜਾਂਚ ਪੜਤਾਲ ਦੇ ਮਸਲੇ ਨੂੰ ਹੋਰ ਲਟਕਾਉਣਾ ਚਾਹੁੰਦੀ ਹੈ। ਅਕਸ਼ੇ ਕੁਮਾਰ ਨੂੰ ਸੰਮਣ ਭੇਜਿਆ, ਉਹਨੇ ਹਾਜ਼ਰ ਨਹੀਂ ਹੋਣਾ, ਫਿਰ ਸੰਮਣ ਜਾਊ, ਫਿਰ ਪਤਾ ਨਹੀਂ ਹਾਜ਼ਰ ਹੋਣਾ ਕਿ ਨਹੀਂ ਹੋਣਾ। ਇਹ ਸੰਮਣਾਂ ਦੇ ਚੱਕਰ ਦੇ ਵਿੱਚ ਮਸਲੇ ਨੂੰ ਅੱਗੇ ਪਾਇਆ ਜਾਊ। ਇਹ ਤਾਂ ਨਹੀਂ ਕਹਿ ਸਕਦੇ ਕਿ ਜੋ ਲੋਕਾਂ ਦੇ ਮਨ ਦੇ ਵਿੱਚ ਰਾਇਆਂ ਬਣ ਰਹੀਆਂ ਜਾਂ ਜਿਹੜੀਆਂ ਗੱਲਾਂ ਵਿਰੋਧੀ ਪਾਰਟੀਆਂ ਦੇ ਵੱਲੋਂ ਕਹੀਆਂ ਜਾ ਰਹੀਆਂ ਉਹ ਸਾਰੀਆਂ ਸਹੀ ਹੈ ਜਾਂ ਗਲਤ ਹੈ। ਪਰ ਇੱਕ ਗੱਲ ਜ਼ਰੂਰ ਪੈਦਾ ਹੁੰਦੀ ਹੈ ਕਿ ਅਕਸ਼ੇ ਕੁਮਾਰ ਨੂੰ ਆਪਣੇ ਘਰ ਦੇ ਵਿੱਚ ਡੇਰਾ ਮੁਖੀ ਨੂੰ ਸੱਦਣ ਦੀ ਜਾਂ ਰੱਖਣ ਦੀ ਲੋੜ ਕੀ ਪਈ ਹੈ? ਕੀ ਪਹਿਲੀ ਵਾਰ ਅਕਸ਼ੇ ਕੁਮਾਰ ਡੇਰਾ ਮੁਖੀ ਨੂੰ ਮਿਲੇ, ਜਾਂ ਉਸ ਤੋਂ ਪਹਿਲਾਂ ਵੀ ਮੁਲਾਕਾਤਾਂ ਦਾ ਇਹ ਦੌਰ ਚੱਲਦਾ ਸੀ? ਕਈ ਲੋਕ ਇਹ ਵੀ ਗੱਲ ਕਹਿੰਦੇ ਆ ਕਿ ਫਿਲਮੀ ਸਾਂਝ ਵੀ ਹੋ ਸਕਦੀ ਹੈ। ਅਕਸ਼ੇ ਕੁਮਾਰ ਇਸ ਵਕਤ ਸਫਲ ਹੈ ਅਤੇ ਡੇਰਾ ਮੁਖੀ ਨੇ ਕਈ ਫਿਲਮਾਂ ਕੀਤੀਆਂ, ਉਹ ਸਫਲ ਸਿਰਫ ਡੇਰਾ ਪ੍ਰੇਮੀਆਂ ਦੇ ਵਿੱਚ ਹੀ ਹੋਏ ਆ। ਬਾਕੀ ਲੋਕਾਂ ਦੇ ਵੱਲੋਂ, ਫਿਲਮ ਸਮੀਖਕਾਂ ਦੇ ਵੱਲੋਂ ਇਹ ਗੱਲ ਕਹੀ ਗਈ ਕਿ ਇਹ ਫਿਲਮਾਂ ਬਣਾਉਣ ਦੇ ਨਾਲੋਂ, ਇਹ ਫਿਲਮਾਂ ਵੇਖਣ ਦੇ ਨਾਲੋਂ ਸਜ਼ਾ ਕੱਟਣੀ ਠੀਕ ਹੈ। ਪਰ ਅਕਸ਼ੇ ਕੁਮਾਰ ਹੋ ਸਕਦਾ ਹੈ ਉਹਨਾਂ ਦੀ ਕੋਈ ਮਦਦ ਕਰਦੇ ਹੋਣ ਡਿਸਟ੍ਰੀਬਿਊਸ਼ਨ ਦੇ ਵਿੱਚ, ਹੋ ਸਕਦਾ ਅਕਸ਼ੇ ਕੁਮਾਰ ਦੇ ਵੱਲੋਂ ਕੋਈ ਫਿਲਮੀ ਗੁਰਦੱਸੇ ਜਾ ਰਹੇ ਹੋਣ, ਹੋ ਸਕਦਾ ਅਕਸ਼ੇ ਕੁਮਾਰ ਦੇ ਵੱਲੋਂ ਪ੍ਰੋਡਕਸ਼ਨ ਦੇ ਨਾਲ ਸੰਬੰਧਿਤ ਕੋਈ ਮਦਦ ਕੀਤੀ ਜਾ ਰਹੀ ਹੋਵੇ। ਇਹ ਸਭ ਦੇ ਮਨ ਦੇ ਵਿੱਚ ਕਈ ਕਿਸਮ ਦੇ ਸਵਾਲ ਹੈ। ਪਰ ਅੱਜ ਅਕਸ਼ੇ ਕੁਮਾਰ ਨੇ ਇਸ ਮੁਤਲਕ ਇੱਕ ਟਵੀਟ ਕਰਕੇ ਬਹੁਤ ਵੱਡਾ ਜਵਾਬ ਦਿੱਤਾ। ਉਹਨਾਂ ਨੇ ਜਿਹੜਾ ਜਵਾਬ ਦਿੱਤਾ, ਯਕੀਨ ਕਰਨਾ ਜਾਂ ਨਾ ਕਰਨਾ ਇਹ ਸਾਡੀ ਆਪਣੀ ਮਰਜ਼ੀ ਹੈ, ਪਰ ਉਹਨਾਂ ਦੇ ਜਵਾਬ ਤੋਂ ਇਹ ਗੱਲ ਤੈਅ ਹੋ ਗਈ ਹੈ ਕਿ ਉਹਨਾਂ ਨੇ 21 ਤਰੀਕ ਦੀ ਜਾਂਚ ਪੜਤਾਲ ਦੇ ਵਿੱਚ ਸਵਾਲਾਂ ਦੇ ਉੱਤਰ ਦੇਣ ਦੇ ਮਾਮਲੇ ਦੇ ਵਿੱਚ ਸ਼ਾਇਦ ਸ਼ਾਮਿਲ ਨਹੀਂ ਹੋਣਾ। ਇਸੇ ਕਰਕੇ ਉਹਨਾਂ ਨੇ ਅੱਜ ਟਵੀਟ ਕਰਕੇ ਆਪਣਾ ਰਾਹ ਪੱਧਰਾ ਕਰ ਦਿੱਤਾ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੇਰਾ ਕੋਈ ਸੰਬੰਧ ਨਹੀਂ ਡੇਰਾ ਮੁਖੀ ਨਾਲ, ਮੈਂ ਇਸ ਬੰਦੇ ਨੂੰ ਕਦੇ ਮਿਲਿਆ ਵੀ ਨਹੀਂ, ਜਦੋਂ ਮਿਲਿਆ ਨਹੀਂ ਤਾਂ ਮਦਦ ਦੀ ਗੱਲ ਜਾਂ ਘਰ ਦੇ ਵਿੱਚ ਬੁਲਾਉਣ ਦੀ ਗੱਲ ਜਾਂ ਮਾਫ਼ੀ ਦੀ ਗੱਲ, ਇਹਦੀ ਤੁੱਕ ਕੀ ਬਣਦੀ ਹੈ? ਅਤੇ ਕਈ ਗੱਲਾਂ ਅਕਸ਼ੇ ਕੁਮਾਰ ਨੇ ਹੋਰ ਵੀ ਕਹੀਆਂ। ਪਹਿਲਾਂ ਜਿਹੜੀ ਖਬਰ ਸਾਡੇ ਤੱਕ ਕੱਪੜੀ ਆ ਉਹਦਾ ਵੇਰਵਾ ਸਾਂਝਾ ਕਰਦੇ ਹਾਂ, ਬਾਅਦ ਵਿੱਚ ਕਰਾਂਗੇ ਟਿੱਪਣੀ।
ਬਰਗਾੜੀ ਦੇ ਵਿੱਚ ਬੇਅਦਬੀ ਅਤੇ ਗੋਲੀ ਕਾਂਡ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਅਦਾਕਾਰ ਅਕਸ਼ੇ ਕੁਮਾਰ ਨੂੰ ਸੰਮਣ ਜਾਰੀ ਕੀਤੇ ਨੇ। ਸਿੱਟ ਨੇ ਬਾਦਲਾਂ ਅਤੇ ਅਕਸ਼ੇ ਕੁਮਾਰ ਨੂੰ ਅਗਲੇ ਹਫ਼ਤੇ ਇਸ ਮਾਮਲੇ ਵਿੱਚ ਪੁੱਛਗਿੱਛ ਵਾਸਤੇ ਤਲਬ ਕੀਤਾ। ਇਸ ਮਾਮਲੇ ਦੇ ਵਿੱਚ ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਨੇ ਆਪਣੇ ਟਵਿੱਟਰ ਅਕਾਊਂਟ ਦੇ ਉੱਤੇ ਟਵੀਟ ਕਰਕੇ ਉੱਤਰ ਦਿੱਤਾ। ਉਹਨਾਂ ਨੇ ਲਿਖਿਆ ਕਿ ਮੈਨੂੰ ਪਤਾ ਲੱਗਾ ਗੁਰਮੀਤ ਰਾਮ ਰਹੀਮ ਨਾਂ ਦੇ ਸ਼ਖਸ ਨਾਲ ਮੇਰੀ ਸ਼ਮੂਲੀਅਤ, ਕੁਝ ਅਫਵਾਹਾਂ ਅਤੇ ਗਲਤ ਬਿਆਨ ਸੋਸ਼ਲ ਮੀਡੀਆ ਦੇ ਉੱਤੇ ਕੀਤੇ ਜਾ ਰਹੇ ਨੇ। ਇਹਨਾਂ ਅਫਵਾਹਾਂ ਦੇ ਵਿੱਚ ਇੱਕ ਮੀਟਿੰਗ ਦੀ ਗੱਲ ਕੀਤੀ ਜਾ ਰਹੀ ਹੈ ਜਿਸ ਵਿੱਚ ਸੁਖਬੀਰ ਸਿੰਘ ਬਾਦਲ ਸ਼ਾਮਲ ਸਨ। ਮੈਂ ਤੁਹਾਡੇ ਸਾਹਮਣੇ ਇਹ ਤੱਥ ਰੱਖਣਾ ਚਾਹੁੰਦਾ ਕਿ ਮੈਂ ਗੁਰਮੀਤ ਰਾਮ ਰਹੀਮ ਨੂੰ ਜ਼ਿੰਦਗੀ ਵਿੱਚ ਕਦੇ ਵੀ ਅਤੇ ਕਿਤੇ ਵੀ ਨਹੀਂ ਮਿਲਿਆ। ਮੈਨੂੰ ਸੋਸ਼ਲ ਮੀਡੀਆ ਤੋਂ ਹੀ ਇਹ ਜਾਣਕਾਰੀ ਮਿਲੀ ਹੈ ਕਿ ਕਿਸੇ ਵੇਲੇ ਗੁਰਮੀਤ ਰਾਮ ਰਹੀਮ ਮੇਰੇ ਰਿਹਾਇਸ਼ੀ ਇਲਾਕੇ ਜੂਹੂ ਮੁੰਬਈ ਦੇ ਵਿੱਚ ਰਿਹਾ, ਪਰ ਅਸੀਂ ਕਦੇ ਨਹੀਂ ਮਿਲੇ। ਮੈਂ ਪਿਛਲੇ ਕਈ ਸਾਲਾਂ ਤੋਂ ਸਮਰਪਿਤ ਹੋ ਕੇ ਅਜਿਹੀਆਂ ਫਿਲਮਾਂ ਵੀ ਕੀਤੀਆਂ ਨੇ ਜਿਹੜੀਆਂ ਪੰਜਾਬੀ ਸੱਭਿਆਚਾਰ ਅਤੇ ਸਿੱਖਾਂ ਦੇ ਸ਼ਾਨਾ ਮਤੇ ਇਤਿਹਾਸ ਨੂੰ ਪ੍ਰਮੋਟ ਕਰਦੀਆਂ ਨੇ, ਜਿਵੇਂ ਕਿ ਸਿੰਘ ਇਜ਼ ਕਿੰਗ ਅਤੇ ਕੇਸਰੀ ਆਦਿ। ਮੈਨੂੰ ਪੰਜਾਬੀ ਹੋਣ ਉੱਤੇ ਮਾਣ ਹੈ ਅਤੇ ਮੇਰੇ ਮਨ ਦੇ ਵਿੱਚ ਸਿੱਖ ਧਰਮ ਦੇ ਲਈ ਬਹੁਤ ਇੱਜ਼ਤ ਹੈ। ਮੈਂ ਕਦੇ ਵੀ ਅਜਿਹਾ ਕੁਝ ਨਹੀਂ ਕਰਾਂਗਾ ਜਿਹੜਾ ਕਿਸੇ ਵੀ ਤਰ੍ਹਾਂ ਮੇਰੇ ਪੰਜਾਬੀ ਭੈਣਾਂ ਅਤੇ ਭਰਾਵਾਂ, ਜਿਨ੍ਹਾਂ ਲਈ ਮੇਰੇ ਮਨ ਦੇ ਵਿੱਚ ਬਹੁਤ ਇੱਜ਼ਤ ਅਤੇ ਪਿਆਰ ਹੈ, ਉਹਨਾਂ ਨੂੰ ਦੁੱਖ ਪਹੁੰਚਾਏ। ਮੈਂ ਕਿਸੇ ਵੀ ਅਜਿਹੇ ਵਿਅਕਤੀ ਨੂੰ ਚੁਣੌਤੀ ਦਿੰਦਾ ਹਾਂ ਜਿਹੜਾ ਮੇਰੇ ਇਸ ਬਿਆਨ ਨੂੰ ਗਲਤ ਸਾਬਤ ਕਰਕੇ ਦਿਖਾਵੇ। ਇਸ ਖਬਰ ਦੇ ਉੱਤੇ ਟਿੱਪਣੀ ਕਰ ਰਿਹਾ ਦੋਸਤੋ, ਪਹਿਲੀ ਗੱਲ ਤਾਂ ਇਹ ਕਹਾਂਗੇ ਜਦੋਂ ਇਸ ਰਿਪੋਰਟ ਨੂੰ, ਇਹਨਾਂ ਸੰਮਣਾਂ ਦੀ ਬਿਆਨਬਾਜ਼ੀ ਨੂੰ, ਇਹਨਾਂ ਸੰਮਣਾਂ ਵਿਚਲੀ ਇਬਾਰਤ ਨੂੰ ਪੜ੍ਹਦੇ ਹਾਂ ਤਾਂ ਇਉਂ ਜਾਪਦਾ ਕਿ ਅਕਸ਼ੇ ਕੁਮਾਰ ਨੇ ਆਪਣੇ ਘਰ ਦੇ ਵਿੱਚ ਮੀਟਿੰਗ ਦਾ ਪ੍ਰਬੰਧ ਕੀਤਾ ਹੋਏਗਾ। ਇਹ ਗੱਲ ਝੂਠੀ ਹੈ, ਪਰ ਜਦੋਂ ਅਸੀਂ ਦੂਜੇ ਪੱਖ ਦੇ ਵੱਲ ਦੇਖਦੇ ਹਾਂ ਕਿ ਜਦੋਂ ਬਾਦਲ ਪਰਿਵਾਰ ਦੇ ਵੱਲੋਂ, ਪੰਜਾਬ ਸਰਕਾਰ ਦੇ ਵੱਲੋਂ, ਸਾਬਕਾ ਦੇ ਵੱਲੋਂ, ਕਹਿਣ ਦਾ ਭਾਵ ਪੰਜਾਬ ਦੇ ਵੱਖ ਵੱਖ ਹਿੱਸਿਆਂ ਦੇ ਵਿੱਚ ਵਰਲਡ ਕਬੱਡੀ ਕੱਪ ਕਰਵਾਇਆ ਜਾਂਦਾ ਸੀ, ਉਸ ਵਕਤ ਕਦੇ ਕੈਟਰੀਨਾ ਕੈਫ ਅਤੇ ਕਦੇ ਅਕਸ਼ੇ ਕੁਮਾਰ ਅਤੇ ਕਦੇ ਕੋਈ ਅਤੇ ਕਦੇ ਕੋਈ ਅਕਸਰ ਉਹਨਾਂ ਪ੍ਰੋਗਰਾਮਾਂ ਦੀ ਸ਼ਾਨ ਬਣਦੇ ਸੀ। ਇਸ ਮਸਲੇ ਦੇ ਉੱਤੇ ਵੀ ਕਈ ਕਿਸਮ ਦੇ ਵਿਵਾਦ ਉੱਠਦੇ ਹੁੰਦੇ ਸੀ ਕਿ ਪੰਜਾਬ ਦੇ ਵਿੱਚ ਮੁੱਢਲੀਆਂ ਸਹੂਲਤਾਂ ਦੀ ਘਾਟ ਕਿਵੇਂ ਆ ਅਤੇ ਪੰਜਾਬ ਸਰਕਾਰ ਨੂੰ ਠੁਮਕਿਆਂ ਦੀ, ਝੁਮਕਿਆਂ ਦੀ, ਲਟਕਿਆਂ ਝਟਕੀਆਂ ਦੀ ਕਿੰਨੀ ਫਿਕਰ ਹੈ। ਸੋ ਜਦੋਂ ਅਕਸ਼ੇ ਕੁਮਾਰ ਦੇ ਨਾਲ ਸੁਖਬੀਰ ਸਿੰਘ ਬਾਦਲ ਦੀ ਨੇੜਤਾ ਹੋਈ, ਇਹ ਗੱਲ ਸਾਰੇ ਜਾਣਦੇ ਆ ਕਿ ਨੇੜਤਾ ਹੋ ਗਈ ਸੀ, ਪਰ ਉਸ ਨੇੜਤਾ ਦੇ ਸਿੱਟੇ ਦੇ ਤੌਰ ਦੇ ਉੱਤੇ ਮੁੰਬਈ ਦੇ ਵਿੱਚ ਇਹ ਮੀਟਿੰਗ ਹੋਈ ਜਾਂ ਨਹੀਂ ਹੋਈ ਇਹਦੇ ਬਾਬਤ ਕੋਈ ਵੀ ਕੁਝ ਕਹਿ ਨਹੀਂ ਸਕਦਾ। ਇਹਦੇ ਮੁਤਲਕ ਕਿਸੇ ਕੋਲ ਕੋਈ ਸਬੂਤ ਨਹੀਂ। ਗਿਆਨੀ ਗੁਰਮੁਖ ਸਿੰਘ ਬਾਰੇ ਸੁਣੀਂਦਾ ਕਿ ਉਹ ਇਸ ਮੀਟਿੰਗ ਦੇ ਵਿੱਚ ਸੀ। ਗਿਆਨੀ ਗੁਰਮੁਖ ਸਿੰਘ ਦੀ ਬਾਦਲ ਪਰਿਵਾਰ ਨਾਲ ਵਿਗੜ ਗਈ ਸੀ, ਉਹਨਾਂ ਨੂੰ ਹਰਿਆਣੇ ਦੇ ਵਿੱਚ ਲਾ ਦਿੱਤਾ ਗਿਆ ਸੀ ਗੁਰਦੁਆਰਾ ਸਾਹਿਬ 'ਚ, ਫਿਰ ਉਸ ਤੋਂ ਬਾਅਦ ਉਹਨਾਂ ਦੀ ਸੁਧਰ ਗਈ, ਉਹਨਾਂ ਦੀ ਜਿਹੜੀ ਤਾਲਮੇਲ ਦੀ ਗੱਲ ਵਿਗੜੀ ਸੀ ਉਹ ਫਿਰ ਪਹਿਲਾਂ ਵਾਲੀ ਥਾਂ ਦੇ ਉੱਤੇ ਆ ਗਈ, ਬਣ ਗਈ ਅਤੇ ਹੁਣ ਉਹ ਇੱਕ ਵਾਰ ਫਿਰ ਅੰਮ੍ਰਿਤਸਰ ਦੇ ਵਿੱਚ ਚੰਗੇ ਅਹੁਦੇ ਦੇ ਉੱਤੇ ਹੈੱਡ ਗ੍ਰੰਥੀ ਦੇ ਤੌਰ ਦੇ ਉੱਤੇ ਸੁਸ਼ੋਭਿਤ ਨੇ। ਸੋ ਇਸ ਕਰਕੇ ਉਹ ਚੁੱਪ ਨੇ, ਉਹਨਾਂ ਦੀ ਚੁੱਪ ਦੇ ਵਿੱਚੋਂ ਕਈ ਕਿਸਮ ਦੇ ਸਵਾਲ ਪੈਦਾ ਹੁੰਦੇ ਆ, ਪਰ ਇਸ ਵਕਤ ਤੋਂ ਮੀਡੀਏ ਦੇ ਨਾਲ ਗੱਲਬਾਤ ਕਰਨੀ ਠੀਕ ਨਹੀਂ ਸਮਝ ਰਹੇ, ਉਹ ਚੁੱਪ ਰਹਿਣ ਦੇ ਵਿੱਚ ਹੀ ਸਾਰਾ ਕੁਝ ਭਲਾ ਸਮਝਦੇ ਆ। ਪਰ ਅਕਸ਼ੇ ਕੁਮਾਰ ਨੇ ਜਿਹੜਾ ਅੱਜ ਉੱਤਰ ਦਿੱਤਾ ਹੈ ਕਿ ਮੈਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਕਦਰਦਾਨ ਹਾਂ, ਮੇਰੇ ਘਰ ਦੇ ਵਿੱਚ ਗੁਰਮੀਤ ਰਾਮ ਰਹੀਮ ਨਾਂ ਦਾ ਕੋਈ ਬੰਦਾ ਕਦੇ ਵੀ ਨਹੀਂ ਆਇਆ, ਮੈਂ ਇਹਨੂੰ ਕਦੇ ਵੀ ਨਹੀਂ ਮਿਲਿਆ, ਮੇਰੀ ਫੋਨ ਦੇ ਉੱਤੇ ਕਦੇ ਵੀ ਕੋਈ ਗੱਲ ਨਹੀਂ ਹੋਈ, ਮੇਰੇ ਨਾਲ ਹਰ ਰੋਜ਼ ਅਣਗਿਣਤ ਲੋਕ ਮਿਲਦੇ ਆ, ਕੋਈ ਫੋਟੋ ਖਿਚਵਾ ਜਾਂਦਾ, ਕੋਈ ਦੋ ਗੱਲਾਂ ਕਰ ਵੀ ਜਾਂਦਾ, ਪਰ ਨਾ ਤਾਂ ਮੈਂ ਕਦੇ ਇਹੋ ਜਿਹੀਆਂ ਮੀਟਿੰਗਾਂ ਕਰਵਾਉਣਾ ਅਤੇ ਨਾ ਹੀ ਮੇਰੇ ਕੋਲ ਇੰਨਾ ਵਕਤ ਹੈ ਕਿ ਮੈਂ ਵਿਚਾਲੇ ਵਿਚੋਲਾ ਬਣ ਕੇ ਇਹਨਾਂ ਮਸਲਿਆਂ ਨੂੰ ਹੱਲ ਕਰਾਂ। ਮੈਨੂੰ ਜਾਪਦਾ ਵੀ ਅਕਸ਼ੇ ਕੁਮਾਰ ਸ਼ਾਇਦ ਆਪਣੀ ਥਾਂ ਦੇ ਉੱਤੇ ਠੀਕ ਵੀ ਹੋਵੇ, ਕਿਉਂਕਿ ਅਕਸ਼ੇ ਕੁਮਾਰ ਇਸ ਵਕਤ ਸਫਲ ਫਿਲਮ ਅਦਾਕਾਰ ਹੈ, ਉਹਨੂੰ ਮੇਰੇ ਖਿਆਲ ਦੇ ਮੁਤਾਬਕ ਇਹੋ ਜਿਹੇ ਵਿਵਾਦਾਂ ਦੇ ਵਿੱਚ ਪੈਣ ਦੀ ਲੋੜ ਵੀ ਕੋਈ ਨਹੀਂ ਅਤੇ ਨਾ ਹੀ ਸ਼ਾਇਦ ਉਹ ਪੈਣਾ ਠੀਕ ਸਮਝੂਗਾ। ਆਮ ਤੌਰ ਦੇ ਉੱਤੇ ਜਦੋਂ ਕਲਾਕਾਰ ਦੀ ਤੂਤੀ ਬੋਲਣੋਂ ਹਟ ਜਾਂਦੀ ਹੈ, ਉਹ ਕਿਸੇ ਨਾ ਕਿਸੇ ਪਾਸੇ ਹੱਥ ਪੈਰ ਮਾਰਦਾ ਕਿ ਚਲੋ ਮੈਂ ਆਪਣੀ ਰੋਜ਼ੀ ਰੋਟੀ ਦਾ ਪ੍ਰਬੰਧ ਕਰੀ ਰੱਖਾਂ, ਕੋਈ ਰਾਜਨੀਤਿਕ ਪਾਸੇ ਨੂੰ ਤੁਰ ਆਉਂਦਾ, ਕੋਈ ਕਿਸੇ ਹੋਰ ਪਾਸੇ ਨੂੰ ਚੁਣ ਲੈਂਦਾ, ਪਰ ਜਿਹੜੇ ਬੰਦੇ ਕੋਲ ਚੰਗਾ ਕੰਮ ਹੋਵੇ, ਜਿਹਦੀਆਂ ਫਿਲਮਾਂ ਲਗਾਤਾਰ ਹਿੱਟ ਹੋ ਰਹੀਆਂ ਹੋਣ, ਉਸ ਬੰਦੇ ਨੂੰ ਡੇਰਾ ਮੁਖੀ ਦੇ ਨਾਲ ਕੋਈ ਵਿਚੋਲਗੀ ਕਰਨ ਦਾ ਲਾਭ ਹੋਊਗਾ। ਮੈਨੂੰ ਨਿੱਜੀ ਤੌਰ ਦੇ ਉੱਤੇ ਇਹ ਜਾਪਦਾ ਕਿ ਇਹਦੇ ਵਿੱਚੋਂ ਕੁਝ ਨਿਕਲਣਾ ਨਹੀਂ। ਹਾਂ, ਇਹ ਗੱਲ ਮੈਨੂੰ ਜ਼ਰੂਰ ਰੜਕਦੀ ਹੈ ਕਿ ਜਿਹੜੀ SIT ਬਣਾਈ ਗਈ ਹੈ ਉਹਦੇ ਵੱਲੋਂ ਬਾਦਲ ਪਰਿਵਾਰ ਦੇ ਨਾਲ ਰਾਬਤਾ ਕਰਕੇ, ਗੱਲਬਾਤ ਕਰਕੇ ਵਿੱਚੋਂ ਕੁਝ ਨਾ ਕੁਝ ਕੱਢਣਾ ਚਾਹੀਦਾ, ਇਸ ਮਸਲੇ ਨੂੰ ਲਟਕਾਉਣਾ ਨਹੀਂ ਚਾਹੀਦਾ, ਕਿਉਂਕਿ ਅੱਜ ਦੀ ਤਰੀਕ ਦੇ ਵਿੱਚ ਇਹ ਜਾਪ ਰਿਹਾ ਕਿ ਇਹ ਮਸਲਾ ਊਠ ਦੇ ਬੁੱਲ ਵਾਂਗੂ ਲਟਕੂਗਾ। ਜਿੰਨੇ ਵੀ ਪੰਜਾਬ ਦੇ ਵਿੱਚ ਕਮਿਸ਼ਨ ਬਣਦੇ ਆ, ਜਿੰਨੀਆਂ ਵੀ ਪੰਜਾਬ ਦੇ ਵਿੱਚ ਕਮੇਟੀਆਂ ਬਣਦੀਆਂ, ਕਮੇਟੀਆਂ ਦਾ ਅਰਥ ਹੀ ਇਹ ਰਹਿ ਗਿਆ ਵੀ ਜਦੋਂ ਕੰਮ ਮਿੱਟੀ ਕਰਨਾ ਹੋਵੇ ਤਾਂ ਤੁਸੀਂ ਕਮੇਟੀ ਬਣਾ ਦਿਓ। ਇਸ ਕਰਕੇ ਇਸ ਮਸਲੇ ਨੂੰ ਜਿੰਨਾ ਲਟਕਾਵਾਂਗੇ ਉਨਾ ਕਾਂਗਰਸ ਨੂੰ ਫਾਇਦਾ ਹੋਏਗਾ ਅਤੇ ਵਿਰੋਧੀ ਧਿਰਾਂ ਨੂੰ ਨੁਕਸਾਨ। ਅਤੇ ਮੈਂ ਜਿਵੇਂ ਪਹਿਲਾਂ ਵੀ ਇੱਕ ਗੱਲ ਕਹੀ ਸੀ ਕਿ ਇਹ ਇੱਕ ਇਹੋ ਜਿਹਾ ਫੁੱਟਬਾਲ ਬਣਾ ਲਿਆ ਗਿਆ ਡੇਰਾ ਮੁਖੀ ਦੀ ਮਾਫੀ ਦਾ, ਬੇਅਦਬੀ ਦੇ ਮਾਮਲੇ ਦਾ, ਜਿਹਨੂੰ ਕੋਈ ਵੀ ਪਾਰਟੀ ਸਿਆਸੀ ਤੌਰ ਦੇ ਉੱਤੇ ਖੇਡਣ ਤੋਂ ਗੁਰੇਜ਼ ਨਹੀਂ ਕਰੇਗੀ। ਖਾਸ ਕਰਕੇ ਕਾਂਗਰਸ ਦੇ ਹੱਥ ਇੱਕ ਇਹੋ ਜਿਹੀ ਖੇਡ ਆਈ ਹੈ
कि जदों भी कोई मुद्दा उठाया करू कि इन्होंने कुछ किया नहीं, 19-20 महीनों के इन्होंने कुछ भी करके नहीं दिखाया लोगों के लिए, उदों SIT की गल, उदों बेअदबी की गल, उदों डेरा मुखी नूं माफ़ी की गल उभर के सामने आया करूगी। सो इस मसले के विचों की निकलेगा अक्षय कुमार की सच्चा कि झूठा, यह वक्त दसेगा। पर फिलहाल यह मसला बहुत वड्डा ते खबरां भी हर पासे इस विषय दियां बनियां होईयां। खबरां दे उत्ते विचार चर्चा दोस्तों असीं इसे तरीके नाल जारी रखांगे, पर पहला लैणे छोटी जिही ब्रेक। वक्फे तो बाद एक बार फिर तुहाडा स्वागत है दोस्तों। कुछ होर खबरां दे उत्ते टिप्पणियां करदे हां। अकाली दल की कोर कमेटी के वलों जिस तरीके दे नाल मजैल आगूआं नूं पार्टी दे विचों 6-6 वरियां वास्ते बाहर कढ दित्ता गया, उस तो बाद मामला ये आर पार की लड़ाई वाला बन गया। हुण तक यह लगता सी कि इस मसले दे लई कोई विचकारला राह निकलू, बिल्कुल अकाली दल उस लीह दे उत्ते तुर रहा जिहड़ी लीह दे उत्ते आम आदमी पार्टी तुर रही है। आम आदमी पार्टी ने सुखपाल खहरा ते उन्हां दे मित्र कंवर संधू नूं पार्टी दे विचों मुअत्तल किया। दूजे पासे अकाली दल ने पहलां सेवा सिंह सेखवां नूं ते हुण 8 दिनां बाद रतन सिंह अजनाला, रणजीत सिंह ब्रह्मपुरा ते इन्हां दोहां दे पुत्रां नूं पार्टी दे विचों बाहर कढ दित्ता। पर की पार्टी दे विचों बाहर कढण दे नाल मसला हल हो सकदा है? की पार्टी दे विचों बाहर कढण दे नाल टकसालियां नूं जां उन्हां दे टब्बर दे जीआं नूं अनुशासनहीनता जिहड़े लोग करदे आ जां जिहड़े भी लोग भविख दे विच बागी सुरां अलापण दी कोई ना कोई गल सोच रहे सी उन्हां नूं रोक लाई जा सकेगी, उन्हां दा मामला ठप हो सकेगा? इस सवालां दा सवाल है। ਇਹ ਉਹ ਵਕਤ ਹੈ ਜਦੋਂ ਅਕਾਲੀ ਦਲ ਦੇ ਲਈ ਬਹੁਤ ਵੱਡੀਆਂ ਚੁਣੌਤੀਆਂ ਹਰ ਰੋਜ਼ ਸਾਹਮਣੇ ਆਉਂਦੀਆਂ। ਇਹ ਉਹ ਵਕਤ ਹੈ ਜਿਹਦੇ ਬਾਬਤ ਕਦੇ ਸੁਖਬੀਰ ਬਾਦਲ ਨੇ ਜਾਂ ਵੱਡੇ ਬਾਦਲ ਹੋਰਾਂ ਨੇ ਕਿਆਸ ਨਹੀਂ ਸੀ ਕੀਤਾ। ਇਹ ਉਹ ਵਕਤ ਹੈ ਜਿਹੜੇ ਹੁਣ ਤੱਕ ਅਕਾਲੀ ਨੇਤਾ ਇਹ ਗੱਲ ਕਹਿੰਦੇ ਸੀ ਕਿ ਸੁਖਬੀਰ ਸਿੰਘ ਬਾਦਲ ਸਾਡਾ ਆਗੂ ਹੈ, ਇਹਨਾਂ ਬਿਨਾਂ ਪਾਰਟੀ ਦੀ ਗਤੀ ਨਹੀਂ, ਇਹਨਾਂ ਦੀ ਅਗਵਾਈ ਦੇ ਵਿੱਚ ਅਸੀਂ ਕੰਮ ਕਰਕੇ ਖੁਸ਼ ਹਾਂ। ਉਹੀ ਆਗੂ ਅੱਜ ਕਹਿ ਰਹੇ ਆ ਕਿ ਸੁਖਬੀਰ ਸਿੰਘ ਬਾਦਲ ਨੇ ਅਤੇ ਬਿਕਰਮ ਸਿੰਘ ਮਜੀਠੀਆ ਨੇ ਪਾਰਟੀ ਡੋਬ ਦਿੱਤੀ। ਉਹੀ ਆਗੂ ਇਹ ਗੱਲ ਕਹਿ ਰਹੇ ਆ ਕਿ ਹਰਸਿਮਰਤ ਕੌਰ ਬਾਦਲ, ਆਦੇਸ਼ ਪ੍ਰਤਾਪ ਸਿੰਘ ਕੈਰੋਂ, ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਇਹ ਚਾਰੇ ਜਾਣੇ ਇੱਕ ਗੱਲ ਦੱਸਣ ਕਿ ਇਹਨਾਂ ਦੀ ਪਾਰਟੀ ਨੂੰ ਦੇਣ ਕੀ ਆ। ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸੇਵਾ ਸਿੰਘ ਸੇਖਵਾਂ ਤਾਂ ਇਹ ਗੱਲ ਕਹਿ ਰਹੇ ਆ, ਅਸੀਂ ਪਾਰਟੀ ਵਾਸਤੇ ਜੇਲ੍ਹਾਂ ਕੱਟੀਆਂ, ਅਸੀਂ ਪਾਰਟੀ ਦੇ ਲਈ ਲਾਠੀਚਾਰਜ ਵੀ ਸਹੇ, ਅਸੀਂ ਪਾਰਟੀ ਦੇ ਲਈ ਧਰਨੇ ਵੀ ਦਿੱਤੇ, ਪਰ ਇਹਨਾਂ ਲੋਕਾਂ ਨੂੰ ਇਹਨਾਂ ਨਿਆਣਿਆਂ ਨੂੰ ਮਿਲਿਆ ਕੀ ਆ ਅੱਜ ਤੱਕ ਅਤੇ ਇਹਨਾਂ ਨੇ ਕੀਤਾ ਕੀ ਅੱਜ ਤੱਕ? ਇਹਦੇ ਵਿੱਚ ਮੁਲਾਂਕਣ ਕਰਕੇ ਦੇਖਣਾ ਚਾਹੀਦਾ। ਇਹਦੀ ਪੜਚੋਲ ਜੇਕਰ ਹੋ ਜਾਵੇ ਤਾਂ ਇਹਨਾਂ ਨੂੰ ਆਪੇ ਪਤਾ ਲੱਗ ਜੂ ਵੀ ਸਾਡੇ ਭੇੜ ਪੱਲੇ ਕੱਖ ਨਹੀਂ। ਹੁਣ ਤਾਂ ਸੇਵਾ ਸਿੰਘ ਸੇਖਵਾਂ ਨੇ ਇਹ ਵੀ ਗੱਲ ਕਹੀ ਹੈ ਕਿ ਮੇਰੇ ਪਿਤਾ ਜੀ ਉਜਾਗਰ ਸਿੰਘ ਸੇਖਵਾਂ ਨੇ ਜਿਹੜੇ ਉਹਨਾਂ ਦੀ ਵੱਡੇ ਬਾਦਲ ਦੇ ਨਾਲੋਂ ਵੱਧ ਕੁਰਬਾਨੀ ਆ ਅਕਾਲੀ ਦਲ ਦੇ ਲਈ, ਅਤੇ ਜੇਕਰ ਨਹੀਂ ਯਕੀਨ ਤਾਂ ਇਹਦੀ ਪੜਤਾਲ ਕਰ ਲਈ ਜਾਵੇ। ਜੇਕਰ ਮੇਰੇ ਬਾਪ ਨੇ ਪ੍ਰਕਾਸ਼ ਸਿੰਘ ਬਾਦਲ ਦੇ ਨਾਲੋਂ ਵੱਧ ਜੇਲ੍ਹਾਂ ਪਾਰਟੀ ਵਾਸਤੇ ਨਾ ਕੱਟੀਆਂ ਹੋਣ ਕੋਈ ਸਾਬਤ ਕਰ ਦੇਵੇ ਤਾਂ ਮੈਂ ਰਾਜਨੀਤੀ ਨੂੰ ਹਮੇਸ਼ਾ ਵਾਸਤੇ ਅਲਵਿਦਾ ਕਹਿ ਦੇਊਂਗਾ। ਇਹ ਸਵਾਲ ਕੋਈ ਛੋਟੇ ਨਹੀਂ, ਪਰ ਇਹਨਾਂ ਸਵਾਲਾਂ ਦਾ ਉੱਤਰ ਆਉਂਦੇ ਸਮੇਂ ਦੇ ਵਿੱਚ ਨਿਕਲਣਾ ਜਾਂ ਨਹੀਂ ਨਿਕਲਣਾ ਇਹ ਅਕਾਲੀ ਦਲ ਦੇ ਉੱਤੇ ਵੀ ਸਵਾਲੀਆ ਨਿਸ਼ਾਨ ਦੇ ਤੌਰ ਦੇ ਉੱਤੇ ਹੈ, ਅਤੇ ਜਿਹੜੇ ਟਕਸਾਲੀ ਆਗੂ ਇਸ ਵਕਤ ਪਰੇ ਕਰ ਦਿੱਤੇ ਗਏ ਆ ਉਹਨਾਂ ਦੇ ਲਈ ਵੀ ਇੱਕ ਚੁਣੌਤੀ ਆ ਕਿ ਉਹ ਹੁਣ ਕਰਕੇ ਕੀ ਦਿਖਾਉਣਗੇ। ਸੁਣਨ ਦੇ ਵਿੱਚ ਇਹ ਆਇਆ ਕਿ ਇੱਕ ਨਵਾਂ ਅਕਾਲੀ ਦਲ ਬਣੇਗਾ, ਸੁਣਨ ਦੇ ਵਿੱਚ ਇਹ ਆਇਆ ਕਿ ਜਿਹੜਾ ਨਵਾਂ ਅਕਾਲੀ ਦਲ ਬਣੇਗਾ ਉਹਦੀ ਜਿੱਤ ਦੀ ਭਾਵੇਂ ਮਨਸ਼ਾ ਨਾ ਹੋਵੇ, ਪਰ ਜੋ ਅਕਾਲੀ ਦਲ ਬਾਦਲ ਹੈ ਇਹਦੀਆਂ ਬੇੜੀਆਂ 'ਚ ਵੱਟੇ ਪਾਉਣ ਦੀ ਇੱਛਾ ਜ਼ਰੂਰ ਹੋਏਗੀ ਅਤੇ ਸ਼ਾਇਦ ਪਾਉਣ ਦੇ ਵਿੱਚ ਉਹ ਕੋਈ ਕਸਰ ਬਾਕੀ ਵੀ ਨਾ ਛੱਡਣ। ਪਹਿਲਾਂ ਰਿਪੋਰਟ ਉਹ ਸਾਂਝੀ ਕਰਦੇ ਹਾਂ ਜਿਹੜੀ ਸਾਡੇ ਤੱਕ ਅਪੜੀ ਹੈ, ਬਾਅਦ ਵਿੱਚ ਕਰਾਂਗੇ ਟਿੱਪਣੀ। ਆਪਣੇ ਖਿਲਾਫ਼ ਕਾਰਵਾਈ ਤੋਂ ਬਾਅਦ ਬਾਗੀ ਅਕਾਲੀਆਂ ਦੇ ਸੁਰ ਹੋਰ ਤਲਖ ਹੋਏ ਨੇ। ਬ੍ਰਹਮਪੁਰਾ, ਅਜਨਾਲਾ ਅਤੇ ਸੇਖਵਾਂ ਨੇ ਕਿਹਾ ਕਿ ਸੁਖਬੀਰ ਅਤੇ ਮਜੀਠੀਆ ਨੇ ਅਕਾਲੀ ਦਲ ਨੂੰ ਹਾਈਜੈਕ ਕਰ ਲਿਆ, ਉਹ ਮਰਦੇ ਦਮ ਤੱਕ ਅਕਾਲੀ ਹੀ ਰਹਿਣਗੇ। ਉਹਨਾਂ ਨੇ ਐਲਾਨ ਕੀਤਾ ਕਿ ਉਹ ਸੁਖਬੀਰ ਮਜੀਠੀਆ ਨੂੰ ਲੋਕਾਂ ਦੀ ਕਚਹਿਰੀ ਦੇ ਵਿੱਚ ਬੇਨਕਾਬ ਕਰਕੇ ਰਹਿਣਗੇ। ਆਪਣੇ ਖਿਲਾਫ਼ ਹੋਈ ਕਾਰਵਾਈ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਆਗੂਆਂ ਦੇ ਤੇਵਰ ਹੋਰ ਤਲਖ ਹੋ ਗਏ ਨੇ। ਬਾਗੀ ਆਗੂਆਂ ਦੇ ਮੁਤਾਬਕ ਉਹਨਾਂ ਨੂੰ ਅਜਿਹੀ ਕਾਰਵਾਈ ਦਾ ਪਹਿਲਾਂ ਤੋਂ ਹੀ ਸ਼ੱਕ ਸੀ। ਬਾਗੀਆਂ ਨੇ ਕਿਹਾ ਕਿ ਇਹ ਅਕਾਲੀ ਦਲ ਦੇ ਇਤਿਹਾਸ ਦਾ ਕਾਲਾ ਦਿਨ ਹੈ ਅਤੇ ਕਿਉਂਕਿ ਉਹ ਸੁਖਬੀਰ ਬਾਦਲ ਨੂੰ ਪਾਰਟੀ ਪ੍ਰਧਾਨ ਹੀ ਨਹੀਂ ਮੰਨਦੇ ਤਾਂ ਇਸ ਫੈਸਲੇ ਦਾ ਵੀ ਉਹਨਾਂ ਲਈ ਕੋਈ ਆਧਾਰ ਨਹੀਂ ਹੈ। ਦਰਅਸਲ ਪਿਛਲੇ ਕਰੀਬ ਇੱਕ ਮਹੀਨੇ ਤੋਂ ਬਗਾਵਤ ਦਾ ਝੰਡਾ ਬੁਲੰਦ ਕਰਨ ਵਾਲੇ ਪਾਰਟੀ ਦੇ ਟਕਸਾਲੀ ਆਗੂਆਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ। ਰਣਜੀਤ ਸਿੰਘ ਬ੍ਰਹਮਪੁਰਾ ਅਤੇ ਡਾਕਟਰ ਅਜਨਾਲਾ ਨੂੰ ਪਾਰਟੀ ਵਿੱਚੋਂ ਬਰਖਾਸਤ ਕਰਨ ਦੇ ਮੁੱਦੇ 'ਤੇ ਟਕਸਾਲੀ ਆਗੂ ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਅਜਿਹੀ ਕਾਰਵਾਈ ਕਰਨ ਦਾ ਕੋਈ ਹੱਕ ਨਹੀਂ ਹੈ। ਉਹਨਾਂ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦਾ ਪੁੱਤਰ ਹੋਣ ਕਰਕੇ ਉਹਨਾਂ ਨੂੰ ਹੁਣ ਤੱਕ ਪਾਰਟੀ ਦੀ ਪ੍ਰਧਾਨਗੀ ਦੇ ਉੱਤੇ ਰੱਖਿਆ ਹੋਇਆ। ਉਹਨਾਂ ਨੇ ਕਿਹਾ ਕਿ ਪਾਰਟੀ ਦੇ ਕਈ ਸੀਨੀਅਰ ਆਗੂ ਉਹਨਾਂ ਦੇ ਸੰਪਰਕ ਦੇ ਵਿੱਚ ਨੇ, ਉਹ ਮੁੜ 1920 ਵਾਲਾ ਪੁਰਾਣਾ ਅਕਾਲੀ ਦਲ ਖੜ੍ਹਾ ਕਰਨਗੇ, ਅਕਾਲੀ ਦਲ ਨੂੰ ਬਾਦਲਾਂ ਤੋਂ ਮੁਕਤ ਕਰਵਾ ਕੇ ਹੀ ਰਹਿਣਗੇ, ਅਕਾਲੀ ਦਲ ਕਿਸੇ ਦੀ ਜ਼ਗੀਰ ਨਹੀਂ। ਉਹਨਾਂ ਕਿਹਾ ਕਿ ਅਸੀਂ ਪਾਰਟੀ ਵਿੱਚ ਹਮੇਸ਼ਾ ਲੈ ਗਏ ਗਲਤ ਫੈਸਲਿਆਂ ਦਾ ਵਿਰੋਧ ਕਰਦੇ ਰਹੇ ਹਾਂ, ਪਰ ਸਾਡੀ ਕਿਸੇ ਨੇ ਨਹੀਂ ਸੁਣੀ, ਸਾਡੇ ਰਹਿੰਦੇ ਪਾਰਟੀ ਵਿੱਚ ਜੋ ਵੀ ਹੋਇਆ ਉਸ ਲਈ ਪੰਥ ਤੋਂ ਮਾਫ਼ੀ ਮੰਗਦੇ ਹਾਂ, ਉਹਨਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ। ਸਜ਼ਾ ਭਾਂਡੇ ਮਾਂਜਣ ਦੀ ਨਹੀਂ ਸਗੋਂ ਕੋੜੇ ਮਾਰਨ ਦੀ ਹੋਣੀ ਚਾਹੀਦੀ ਹੈ।
ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਹਾਂ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ, ਹੁਣ ਜਦੋਂ 2019 ਦੀਆਂ ਲੋਕ ਸਭਾ ਚੋਣਾਂ ਸਿਰ ਦੇ ਉੱਤੇ ਆ, ਉਸ ਵਕਤ ਅਕਾਲੀ ਦਲ ਦੇ ਵਿੱਚ ਇਹੋ ਜਿਹੀ ਬਗਾਵਤ ਹੋਵੇ ਤਾਂ ਇਹ ਗੱਲ ਤੈਅ ਹੋ ਜਾਂਦੀ ਹੈ ਕਿ ਅਕਾਲੀ ਦਲ ਦੇ ਲਈ ਸੀਟਾਂ ਜਿੱਤਣੀਆਂ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੋਏਗਾ। ਕਾਂਗਰਸ ਇਸ ਵਕਤ ਬਾਗੋ ਬਾਗ ਹੈ, ਕਿਉਂਕਿ ਕਾਂਗਰਸ ਨੂੰ ਹਾਲ ਦੀ ਘੜੀ ਇਹ ਜਾਪ ਰਿਹਾ ਵੀ ਇੱਧਰ ਅਕਾਲੀ ਲੜ ਲੜ ਕੇ ਆਪਣਾ ਮਾਹੌਲ ਖਰਾਬ ਕਰੀ ਜਾਂਦੇ ਆ, ਪਾਰਟੀ ਦਾ ਅਕਸ ਖਰਾਬ ਕਰ ਲਿਆ, ਉੱਧਰ ਆਮ ਆਦਮੀ ਪਾਰਟੀ ਵਾਲੇ ਕੁੱਕੜਾਂ ਵਾਂਗੂ ਲੜਦੇ ਆ, ਅਤੇ ਇਹਨਾਂ ਚੱਕਰਾਂ ਦੇ ਵਿੱਚ ਉਲਝੀਆਂ ਹੋਈਆਂ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹਨਾਂ ਨੂੰ ਲੋਕਾਂ ਨੇ ਮੂੰਹ ਨਹੀਂ ਲਾਉਣਾ ਜਾਂ ਇਹਨਾਂ ਦੀਆਂ ਵੋਟਾਂ ਵੰਡੀਆਂ ਜਾਣੀਆਂ, ਕਿਸੇ ਨੇ ਭਰੋਸਾ ਨਹੀਂ ਕਰਨਾ ਅਤੇ ਸਾਨੂੰ ਫਿਰ ਫਾਇਦਾ ਹੋ ਜਾਣਾ। ਕਾਂਗਰਸ ਨੂੰ ਦੂਹਰਾ ਫਾਇਦਾ ਇਸ ਕਰਕੇ ਹੈ, ਇੱਕ ਤਾਂ ਵੋਟਾਂ ਦਾ ਅਤੇ ਦੂਜਾ ਫਾਇਦਾ ਇਸ ਕਰਕੇ ਹੈ ਵੀ ਹਰ ਰੋਜ਼ ਸੁਖਪਾਲ ਸਿੰਘ ਖਹਿਰਾ ਦੀ, ਕਦੇ ਭਗਵੰਤ ਮਾਨ ਦੀ, ਕਦੇ ਕੇਜਰੀਵਾਲ ਦੀ ਖਬਰ ਸੁਰਖੀ ਬਣ ਜਾਂਦੀ ਹੈ, ਕਦੇ ਰਣਜੀਤ ਸਿੰਘ ਬ੍ਰਹਮਪੁਰਾ ਦੀ, ਛੋਟੇ ਬਾਦਲ ਦੀ, ਵੱਡੇ ਬਾਦਲ ਦੀ, ਸੇਵਾ ਸਿੰਘ ਸੇਖਵਾਂ ਦੀ ਅਤੇ ਰਤਨ ਸਿੰਘ ਅਜਨਾਲਾ ਦੀ ਸੁਰਖੀ ਬਣ ਜਾਂਦੀ ਹੈ। ਇਹਨਾਂ ਸੁਰਖੀਆਂ ਦੇ ਵਿੱਚ ਕਾਂਗਰਸ ਨੇ ਕੁਝ ਵੀ ਨਹੀਂ ਕੀਤਾ ਹਾਲੇ ਤੱਕ 18-19 ਮਹੀਨਿਆਂ ਦੇ ਵਿੱਚ, ਇਹਦੇ ਵੱਲ ਲੋਕਾਂ ਦਾ ਖਿਆਲ ਘੱਟ ਜਾ ਰਿਹਾ ਅਤੇ ਕਾਂਗਰਸ ਦੀ ਪੂਰੀ ਪੂਰੀ ਇੱਛਾ ਇਹ ਹੈ ਕਿ ਇਹੋ ਜਿਹੇ ਮਸਲੇ ਉੱਭਰਦੇ ਰਹਿਣ ਅਤੇ ਸਾਡੇ ਵੱਲ ਕੋਈ ਖਿਆਲ ਨਾ ਕਰ ਸਕੇ, ਇਹਦੇ ਵਿੱਚ ਹੀ ਸਾਡਾ ਫਾਇਦਾ। ਪਰ ਜੇਕਰ ਗੱਲ ਅਸੀਂ ਅਕਾਲੀ ਦਲ ਤੱਕ ਸੀਮਿਤ ਰੱਖੀਏ ਤਾਂ ਇਸ ਲੜਾਈ ਦੇ ਵਿੱਚ ਸੁਖਬੀਰ ਸਿੰਘ ਬਾਦਲ ਯਾਨੀ ਕਿ ਅਕਾਲੀ ਦਲ ਬਾਦਲ ਦੇ ਪਿੜ ਪੱਲੇ ਵੀ ਬਹੁਤਾ ਕੁਝ ਰਹਿਣ ਦੀ ਸੰਭਾਵਨਾ ਨਹੀਂ। ਜਦੋਂ ਇਸ ਵਕਤ ਚਾਰੇ ਪਾਸੇ ਇਸ ਗੱਲ ਦੀ ਚਰਚਾ ਛਿੜੀ ਹੋਈ ਹੈ ਕਿ ਅਕਾਲੀ ਦਲ ਕੁਝ ਕੁ ਜੀਆਂ ਤੱਕ ਸੀਮਿਤ ਪਾਰਟੀ ਹੈ, ਜਦੋਂ ਇਸ ਗੱਲ ਦੀ ਚਰਚਾ ਛਿੜੀ ਹੋਈ ਹੈ ਕਿ ਅਕਾਲੀ ਦਲ ਦੇ ਵਿੱਚ ਸਿਰਫ ਅਤੇ ਸਿਰਫ ਉਹੀ ਵਿਅਕਤੀ ਰਹਿ ਸਕਦਾ ਜਿਹੜਾ ਵਿਅਕਤੀ ਜੀ ਹਜ਼ੂਰੀ ਕਰਦਾ ਹੋਵੇ, ਉਸ ਵਕਤ ਅਕਾਲੀ ਦਲ ਦਾ ਦੁਫਾੜ ਹੋਣਾ ਲੋਕਾਂ ਦੇ ਮਨਾਂ ਦੇ ਉੱਤੇ ਕੋਈ ਬਹੁਤਾ ਵਧੀਆ ਪ੍ਰਭਾਵ ਨਾ ਰਹਿਣਾ, ਭਾਵੇਂ ਕਿ ਨਵਾਂ ਅਕਾਲੀ ਦਲ ਜਿਹੜਾ ਕਿ ਗਠਿਤ ਹੋਊਗਾ ਉਹਦੇ ਪਿੜ ਪੱਲੇ ਕੱਖ ਨਾ ਰਹੇ, ਪਰ ਉਹਨਾਂ ਦਾ ਮਨਸ਼ਾ ਜਿਵੇਂ ਅਸੀਂ ਮੁੱਢ ਦੇ ਵਿੱਚ ਕਿਹਾ, ਜੋ ਇਸ ਵਕਤ ਸਥਾਪਿਤ ਅਕਾਲੀ ਦਲ ਹੈ ਇਹਦਾ ਨੁਕਸਾਨ ਪਹੁੰਚਾਉਣਾ। ਇਸ ਕਰਕੇ ਮੈਨੂੰ ਨਿੱਜੀ ਤੌਰ ਦੇ ਉੱਤੇ ਇਹ ਜਾਪਦਾ ਕਿ ਵਿਚਕਾਰਲਾ ਰਾਹ ਕੱਢਣਾ ਚਾਹੀਦਾ ਸੀ, ਰੁੱਸਿਆਂ ਨੂੰ ਮਨਾਉਣ ਦੀ ਕੁਆਇਰੀ ਸ਼ੁਰੂ ਹੋਣੀ ਚਾਹੀਦੀ ਸੀ, ਪਰ ਹੋਮੇ ਦੇ ਚੱਕਰ ਦੇ ਵਿੱਚ ਜਾਂ ਮਨ ਭੇਦ ਦੇ ਚੱਕਰ ਦੇ ਵਿੱਚ ਇਹੋ ਜਿਹਾ ਕੁਝ ਹੋ ਗਿਆ ਕਿ ਭਵਿੱਖ ਦੇ ਵਿੱਚ ਇਕੱਠੇ ਹੋਣ ਦੀ ਸੰਭਾਵਨਾ ਵੀ ਕੋਈ ਨਹੀਂ ਅਤੇ ਨੁਕਸਾਨ ਸਾਰੀਆਂ ਹੀ ਤਰ੍ਹਾਂ ਦਾ। ਸਦਾ ਨਹੀਂ ਉਹ ਬੰਦਿਆਂ ਚੜਾਈਆਂ ਰਹਿੰਦੀਆਂ ਅਤੇ ਸਦਾ ਨਹੀਂ ਹਾਲਾਤ ਰਹਿੰਦੇ ਮਾੜੇ ਬੰਦੇ ਦੇ, ਇਸ ਗੀਤ ਨੂੰ ਜੇਕਰ ਅਸੀਂ ਅੱਜ ਦੇ ਪ੍ਰਸੰਗ ਦੇ ਵਿੱਚ ਹਰ ਖੇਤਰ ਦੇ ਵਿੱਚ ਲਾਗੂ ਕਰਕੇ ਦੇਖੀਏ ਤਾਂ ਮੈਨੂੰ ਨਿੱਜੀ ਤੌਰ ਦੇ ਉੱਤੇ ਜਾਪਦਾ ਕਿ ਇੱਕ ਇੱਕ ਸਤਰਾ ਜਿਹੜੀ ਉਹ ਸੱਚੀ ਹੈ। ਜੇ ਅਸੀਂ ਗੱਲ ਕਰੀਏ ਫਰੀਦਕੋਟ ਦੇ ਰਾਜ ਘਰਾਣੇ ਦੀ, ਉੱਥੋਂ ਦੀ ਰਿਆਸਤ ਦੀ, ਤਾਂ ਆਖਰੀ ਮਹਾਰਾਜੇ ਉੱਥੋਂ ਦੇ ਹੋਏ ਆ ਹਰਿੰਦਰ ਸਿੰਘ ਹੋਰੀ। ਉਹਨਾਂ ਦੀ ਧੀ ਸੀ ਜਿਹੜੀ, ਉਹਨਾਂ ਦੀ ਮੌਤ ਹੋ ਗਈ ਹੈ ਮਹਾਰਾਣੀ ਦਪਿੰਦਰ ਕੌਰ ਦੀ। ਉਹਨਾਂ ਦੀ ਧੀ ਦੇ ਤੁਰ ਜਾਣ ਤੋਂ ਬਾਅਦ ਜੋ 20,000 ਕਰੋੜ ਰੁਪਏ ਦੀ ਜਾਇਦਾਦ ਆ ਫਰੀਦਕੋਟ ਦੇ ਵਿੱਚ ਰਾਜੇ ਦੇ ਪਰਿਵਾਰ ਦੀ, ਉਹ ਇਸ ਵਕਤ ਸਰਕਾਰ ਦੇ ਕਬਜ਼ੇ ਦੇ ਵਿੱਚ ਕੁਝ ਕੁ ਹਿੱਸਾ ਹੈਗਾ, ਕੁਝ ਕੁ ਹਿੱਸਾ ਪਰਿਵਾਰਕ ਝਗੜੇ ਦੇ ਵਿੱਚ ਰੁਲ ਗਿਆ। ਇਸ ਕਰਕੇ ਸੋਚਣਾ ਇਹ ਬਣਦਾ ਹੈ ਕਿ ਕਿਸੇ ਵੇਲੇ ਜਿਨ੍ਹਾਂ ਦੀ ਤੂਤੀ ਬੋਲਦੀ ਸੀ, ਜਿਹੜੇ ਕਿਸੇ ਵੇਲੇ ਰਾਜੇ ਮਹਾਰਾਜੇ ਹੋਇਆ ਕਰਦੇ ਸੀ, ਵਕਤ ਨੇ ਐਸੀ ਚੱਕਰੀ ਘੁਮਾਈ, ਟੱਬਰ ਦੇ ਵਿੱਚ ਇਹੋ ਜਿਹੀਆਂ ਦੁਫੇੜਾਂ ਪਈਆਂ ਕਿ ਅੱਜ ਉਹਨਾਂ ਨੂੰ ਆਪਣੀ ਜਾਇਦਾਦ ਆ ਜਿਹੜੀ ਉਹ ਲੈਣ ਦੇ ਲਈ ਅਦਾਲਤ ਦਾ ਸਹਾਰਾ ਲੈਣਾ ਪੈ ਰਿਹਾ। ਇੱਥੇ ਵੀ ਦੱਸਣਾ ਬਣਦਾ ਕਿ ਮਹਾਰਾਜਾ ਹਰਿੰਦਰ ਸਿੰਘ ਦੀ ਜਿਹੜੀ ਇਹ ਧੀ ਸੀ, ਇਸ ਧੀ ਦੇ ਵੱਲੋਂ ਪਿਛਲੇ ਕਾਫੀ ਲੰਮੇ ਸਮੇਂ ਤੋਂ ਕੇਸ ਲੜਿਆ ਜਾ ਰਿਹਾ ਅਤੇ ਕੇਸ ਵੀ ਆਪਣੀ ਭੈਣ ਦੇ ਨਾਲ ਸੰਬੰਧਿਤ ਲੜਿਆ ਜਾ ਰਿਹਾ। ਇਸ ਕਰਕੇ ਜਦੋਂ ਹੁਣ ਇਹ ਤੁਰ ਗਏ ਆ ਤਾਂ ਉਸ ਤੋਂ ਬਾਅਦ ਜੋ ਮਹਾਰਾਵਲ ਖੇਵਾ ਜੀ ਟਰੱਸਟ ਹੈ ਉਹਦਾ ਵਾਲੀ ਵਾਰਸ ਕੋਈ ਨਿੱਜੀ ਤੌਰ ਦੇ ਉੱਤੇ ਬਹੁਤਾ ਜ਼ਬਰਦਸਤ ਚੰਗੇ ਪ੍ਰਭਾਵ ਵਾਲਾ ਜਾਪਦਾ ਨਹੀਂ। ਸੋ ਕਰੋੜਾਂ ਅਰਬਾਂ ਰੁਪਏ ਦੀ ਜਿਹੜੀ ਜਾਇਦਾਦ ਆ ਉਹਦੇ ਉੱਤੇ ਸਵਾਲੀਆ ਨਿਸ਼ਾਨ ਖੜਾ ਹੋ ਗਿਆ। ਪਹਿਲਾਂ ਇਸ ਖਬਰ ਦੀ ਰਿਪੋਰਟ ਸਾਂਝੀ ਕਰਦੇ ਹਾਂ, ਬਾਅਦ ਵਿੱਚ ਕਰਾਂਗੇ ਟਿੱਪਣੀ। ਫਰੀਦਕੋਟ ਦੇ ਆਖਰੀ ਰਾਜੇ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੀ ਧੀ ਅਤੇ ਰਿਆਸਤ ਦੀ ਰਾਜਕੁਮਾਰੀ ਅਤੇ ਪੱਛਮੀ ਬੰਗਾਲ ਦੀ ਰਿਆਸਤ ਬਰਦਵਾਨ ਦੀ ਮਹਾਰਾਣੀ ਦਪਿੰਦਰ ਕੌਰ ਮਹਿਤਾਬ ਦਾ ਸਰੀਰ ਅੱਜ 5 ਤੱਤਾਂ ਵਿੱਚ ਵਿਲੀਨ ਹੋ ਗਿਆ। ਬਰਦਵਾਨ ਰਿਆਸਤ ਦੇ ਰਾਜਕੁਮਾਰ ਅਤੇ ਰਾਣੀ ਦੀਪਿੰਦਰ ਕੌਰ ਮਹਿਤਾਬ ਦੇ ਬੇਟੇ ਜੈ ਚੰਦ ਮਹਿਤਾਬ ਨੇ ਚਿਤਾ ਨੂੰ ਅਗਨੀ ਦਿਖਾਈ। ਦੀਪਿੰਦਰ ਕੌਰ ਦੇ ਸੰਸਕਾਰ ਹਿੰਦੂ ਅਤੇ ਸਿੱਖ ਧਰਮ ਦੇ ਰੀਤੀ ਰਿਵਾਜ਼ਾਂ ਮੁਤਾਬਕ ਕੀਤੇ ਗਏ। ਇਸ ਮੌਕੇ ਸ਼ਹਿਰ ਦੀਆਂ ਕਈ ਨਾਮੀ ਹਸਤੀਆਂ, ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਸ਼ਹਿਰ ਵਾਸੀਆਂ ਨੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਫਰੀਦਕੋਟ ਦੀ ਸਭ ਤੋਂ ਛੋਟੀ ਰਾਜਕੁਮਾਰੀ ਦੀਪਿੰਦਰ ਕੌਰ ਦੀ ਲੰਘੇ ਕੱਲ੍ਹ ਮੌਤ ਹੋ ਗਈ ਸੀ। ਇਸ ਖਬਰ ਦੇ ਉੱਤੇ ਟਿੱਪਣੀ ਕਰਦਿਆਂ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਜਿਸ ਤਰੀਕੇ ਨਾਲ ਪਟਿਆਲਾ ਰਾਜ ਘਰਾਣਾ, ਕਪੂਰਥਲੇ ਵਾਲਾ, ਫਰੀਦਕੋਟ ਵਾਲਾ, ਕੁਝ ਕੁ ਹੋਰ ਘਰਾਣਿਆਂ ਦੀ ਗੱਲ ਵੀ ਛਿੜਦੀ ਹੈ, ਜਦੋਂ ਰਿਆਸਤਾਂ ਟੁੱਟ ਗਈਆਂ ਤਾਂ ਉਸ ਤੋਂ ਬਾਅਦ ਸਰਦਾਰੀ ਖੁਸਦੀ ਹੋਈ ਨਜ਼ਰ ਆਈ। ਪਰ ਇਹ ਸਰਦਾਰੀ ਇੰਨੀ ਜਲਦੀ ਖੁਸਣੀ ਨਹੀਂ ਸੀ, ਖਾਸ ਕਰਕੇ ਫਰੀਦਕੋਟ ਦੀ, ਜੇਕਰ ਪਰਿਵਾਰ ਦੇ ਵਿੱਚ ਝੇੜਾ ਪੈਦਾ ਨਾ ਹੁੰਦਾ। ਜਿਵੇਂ ਸਿਆਣੇ ਕਹਿੰਦੇ ਹੁੰਦੇ ਆ ਕਿ ਪਰਿਵਾਰਕ ਝੇੜਾ ਤਾਂ ਵੱਡੇ ਤੋਂ ਵੱਡੇ ਨੁਕਸਾਨ ਕਰਾ ਦਿੰਦਾ, ਭਾਵੇਂ ਉਹ ਗਰੀਬ ਬੰਦਾ ਹੋਵੇ ਭਾਵੇਂ ਅਮੀਰ ਬੰਦਾ ਹੋਵੇ। ਅਤੇ ਇਹ ਸਭ ਤੋਂ ਵੱਡੀ ਉਦਾਹਰਨ ਹੈ ਕਿ ਜੋ ਫਰੀਦਕੋਟ ਦੇ ਰਾਜ ਘਰਾਣੇ ਦੇ ਵਿੱਚ ਦੁਫੇੜ ਪਈ, ਉਸ ਤੋਂ ਬਾਅਦ ਜਿਸ ਤਰੀਕੇ ਨਾਲ ਅਰਬਾਂ ਦੀ ਜਾਇਦਾਦ ਮਿੱਟੀ ਹੋ ਕੇ ਰਹਿ ਗਈ, ਆਪਣੀ ਹੀ ਜਾਇਦਾਦ ਦੇ ਲਈ ਕਾਨੂੰਨੀ ਲੜਾਈ ਲੜਨੀ ਪਈ, ਅਦਾਲਤ ਦੇ ਵੱਲੋਂ ਵੀ ਜਿਸ ਤਰੀਕੇ ਨਾਲ ਫੈਸਲਾ ਪਿਛਲੀ ਵਾਰ ਸੁਣਾਇਆ ਗਿਆ ਅਤੇ ਹੁਣ ਉਹ ਫੈਸਲਾ ਉੱਪਰਲੀ ਅਦਾਲਤ ਦੇ ਕੋਲ ਗਿਆ ਹੋਇਆ, ਇਸ ਸਭ ਤੋਂ ਬਾਅਦ ਇਹ ਗੱਲ ਜ਼ਰੂਰ ਕਹਿਣੀ ਬਣਦੀ ਹੈ ਕਿ ਵਕਤ ਨੇ ਜੋ ਪਲਟੀ ਮਾਰੀ ਹੈ
ਉਹਦੇ ਮੂਹਰੇ ਕਿਸੇ ਦਾ ਜ਼ੋਰ ਨਹੀਂ ਚੱਲਿਆ। ਹੁਣ ਜਦੋਂ ਦੀਪਿੰਦਰ ਕੌਰ ਇਸ ਦੁਨੀਆ ਦੇ ਉੱਤੇ ਨਹੀਂ ਤਾਂ ਉਹਨਾਂ ਦੇ ਟੱਬਰਲੇ ਜੀ ਆ ਜਿਹੜੇ ਉਹ ਇਸ ਕੇਸ ਨੂੰ ਕਿਵੇਂ ਲੜਨਗੇ, ਲੜਨਗੇ ਵੀ ਜਾਂ ਨਹੀਂ ਲੜਨਗੇ ਕੁਝ ਕਹਿ ਨਹੀਂ ਸਕਦੇ, ਪਰ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੀ ਇੱਕ ਮੰਗ ਜ਼ਰੂਰ ਹੈ। ਉਹ ਮੰਗ ਨਿੱਜੀ ਤੌਰ ਦੇ ਉੱਤੇ ਮੈਂ ਵੀ ਮਹਿਸੂਸ ਕਰਦਾ ਅਤੇ ਪੰਜਾਬ ਦੇ ਪੁਰਾਤੱਤਵ ਵਿਭਾਗ ਨੂੰ ਵੀ ਚਾਹੀਦਾ, ਪੰਜਾਬ ਦੇ ਸੱਭਿਆਚਾਰਕ ਵਿਭਾਗ ਨੂੰ ਵੀ ਚਾਹੀਦਾ ਕਿ ਜਿਹੜੀਆਂ ਇਹ ਜਾਇਦਾਦਾਂ ਨੇ ਇਹਨਾਂ ਦੀ ਮੁਰੰਮਤ ਜ਼ਰੂਰ ਹੋਣੀ ਚਾਹੀਦੀ ਹੈ, ਭਾਵੇਂ ਉਹ ਰਾਜਮਹਿਲ ਹੋਵੇ, ਭਾਵੇਂ ਫਰੀਦਕੋਟ ਦੀਆਂ ਹੋਰ ਜਿਹੜੀਆਂ ਵੱਖ ਵੱਖ ਥਾਵਾਂ ਨੇ, ਭਾਵੇਂ ਕਿਸੇ ਵੀ ਹੋਰ ਸ਼ਹਿਰ ਵਿਚਲੀਆਂ ਥਾਵਾਂ ਹੋਣ, ਕਿਉਂਕਿ ਜੇਕਰ ਇੱਕ ਟਿਕਟ ਵੀ ਰੱਖ ਦਿੱਤੀ ਜਾਵੇ ਥੋੜ੍ਹੀ ਬਹੁਤ ਤਾਂ ਇਹਦੇ ਨਾਲ ਸੈਰ ਸਪਾਟਾ ਵੀ ਉਤਸ਼ਾਹਿਤ ਹੋਊਗਾ, ਲੋਕਾਂ ਨੂੰ ਕੁਝ ਦੇਖਣ ਦਾ ਮੌਕਾ ਵੀ ਮਿਲੇਗਾ। ਕਿਉਂਕਿ ਜੇਕਰ ਅਸੀਂ ਫਰੀਦਕੋਟ ਦੇ ਰਾਜਮਹਿਲ ਦੀ ਗੱਲ ਕਰਦੇ ਹਾਂ, ਉੱਥੋਂ ਦੇ ਕਿਲ੍ਹਾ ਮੁਬਾਰਕ ਦੀ ਗੱਲ ਕਰਦੇ ਹਾਂ, ਤਾਂ ਲੋਕ ਅੰਦਰ ਜਾ ਹੀ ਨਹੀਂ ਸਕਦੇ ਅਤੇ ਲੋਕਾਂ ਦੀ ਹਸਰਤ ਹੈ ਕਿ ਅਸੀਂ ਅੰਦਰ ਜਾ ਕੇ ਦੇਖੀਏ ਕਿ ਉੱਥੇ ਹੈ ਕੀ। ਜੇਕਰ ਲੋਕਾਂ ਦੀ ਹਸਰਤ 10-20-50 ਰੁਪਏ ਦੀ ਟਿਕਟ ਖਰਚ ਕੇ ਵੀ ਮੁਕੰਮਲ ਹੋ ਜਾਵੇ, ਤ੍ਰਿਪਤੀ ਹੋਵੇ, ਤਾਂ ਇਹਦੇ ਵਰਗੀ ਰੀਸ ਕੋਈ ਨਹੀਂ। ਇੱਕ ਆਮਦਨ ਵੀ ਹੋਵੇਗੀ, ਦੂਜਾ ਕੁਝ ਨਾ ਕੁਝ ਇਹਨਾਂ ਸ਼ਹਿਰਾਂ ਦੇ ਵਿੱਚ ਜਾ ਕੇ ਲੋਕ ਦੇਖ ਪਰਖ ਵੀ ਸਕਣਗੇ। ਖਬਰਾਂ ਦੋਸਤੋ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟ ਹੈ ਰੁਕਣ ਦਾ ਇਸ਼ਾਰਾ ਕਰ ਰਹੀ ਹੈ, ਕੱਲ੍ਹ ਨੂੰ ਇਸੇ ਵੇਲੇ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਮੁੜ ਹਾਜ਼ਰ ਹੋਵਾਂਗੇ। ਤੁਸੀਂ ਲਗਾਤਾਰ ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।